ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਸੀਨੀਅਰ ਆਗੂ ਆਸ਼ੂ ਬੰਗੜ ਜੀ ਨਾਲ, ਜੋ ਕਿ ਹਮੇਸ਼ਾ ਹੀ ਸਭਨਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਸਾਡੀ ਟੀਮ ਨੇ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹੈ ਇੱਕ ਰਿਪੋਰਟ। ਦਰਸ਼ਕੋ, ਇੱਕ ਮੁਲਾਕਾਤ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਇੱਕ ਐਸੇ ਇਨਸਾਨ ਦੇ ਨਾਲ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾਵਾਂ ਦੇ ਰਿਹਾ ਆਪ ਪਾਰਟੀ ਦੇ ਵਿੱਚ, ਸਾਡੀ ਮੁਰਾਦ ਆ ਆਸ਼ੂ ਬੰਗੜ ਜੀ ਦੇ ਨਾਲ, ਜਿਹੜੇ ਕਿ ਫਿਰੋਜ਼ਪੁਰ ਦਿਹਾਤੀ ਤੋਂ ਆਪਣੀ ਸੇਵਾਵਾਂ ਦੇ ਰਹੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੇ ਜੁੜੇ ਹੋਏ ਨੇ। ਆਸ਼ੂ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਸ਼ੂ ਜੀ, ਸਾਨੂੰ ਦੱਸੋ ਕਿਵੇਂ ਤੁਹਾਡੇ ਮਾਈਂਡ 'ਚ ਆਇਆ ਕਿ ਮੈਂ ਲੋਕਾਂ ਦੀ ਸੇਵਾ 'ਚ ਲੱਗਾ ਔਰ ਕਿਵੇਂ ਤੁਸੀਂ ਇਹ ਪਾਰਟੀ ਚੂਜ਼ ਕੀਤੀ ਜਿਹੜੀ ਕਿ ਅੱਜ ਲੋਕਾਂ ਦੇ ਦਿਲਾਂ 'ਚ ਘਰ ਕਰ ਰਹੀ ਹੈ ਔਰ ਦਿੱਲੀ ਵਿਖੇ ਅਗਰ ਆਪਾਂ ਦੇਖੀਏ ਤਾਂ ਇੱਕ ਨਕਸ਼ਾ ਬਦਲਿਆ ਪਿਆ ਔਰ ਗਰੀਬ ਬੰਦੇ ਨੂੰ ਵੀ ਆਪਦੇ ਹੌਸਲੇ ਦੇ ਨਾਲ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੌਣਕ ਆ ਗਈ ਹੈਗੀ ਆ, ਕੀ ਕਹਿਣਾ ਚਾਹੋ? ਦੇਖੋ, ਇਸ ਤਰ੍ਹਾਂ ਹੈ ਕਿ ਇਸ ਪਾਰਟੀ ਵਿੱਚ ਮੈਂ ਕਾਫੀ ਲੰਬੇ ਸਮੇਂ ਤੋਂ ਮਤਲਬ ਹੈਗਾ ਹਾਂ। 2016 ਦੇ ਵਿੱਚ ਜਦੋਂ ਮੈਂ ਮੋਗੇ ਸ਼ਿਫਟ ਹੋਇਆ ਡਾਕਟਰ ਅਜਮੇਰ ਸਿੰਘ ਕਾਲੜਾ ਜੀ ਦੀ ਮਹਿਰੋਲੋਜੀ ਪ੍ਰੈਸ ਦੇ ਵਿੱਚ, ਡਾਕਟਰ ਕਾਲੜਾ ਨੇ ਸਾਨੂੰ ਜਾਗਰੂਕ ਕੀਤਾ ਕਿ ਇਸ ਪਾਰਟੀ ਨਾਲ ਚੱਲਣਾ ਚਾਹੀਦਾ ਹੈ, ਕਿ ਇਸ ਪਾਰਟੀ ਦੇ ਵਿੱਚ ਅੱਛੇ ਲੋਕ ਜੁੜੇ ਨੇ, ਅੱਛੀਆਂ ਸੋਚ ਦੀਆਂ ਅੱਗੀਆਂ ਮੁਹਿੰਮ ਆਉਣ ਦੀਆਂ ਸਿਚੁਏਸ਼ਨਸ ਨੇ, ਅਤੇ ਇਸ ਕਰਕੇ ਉਹਨਾਂ ਦੀ ਇੱਕ ਸੋਚ ਦੇ ਉੱਤੇ ਅਸੀਂ ਪਹਿਰਾ ਦੇ ਕੇ ਉਹਨਾਂ ਦੇ ਨਾਲ ਰੂਬਰੂ ਹੋ ਕੇ ਇਸ ਪਾਰਟੀ ਵਿੱਚ ਅੱਗੇ ਆਪਣੀਆਂ ਸੇਵਾਵਾਂ ਦਿੱਤੀਆਂ, ਅਤੇ ਅੱਛੇ ਲੋਕ ਜੁੜਨ ਨਾਲ, ਅੱਛੀਆਂ ਸੋਚ ਬਣਨ ਦੇ ਨਾਲ ਸਾਨੂੰ ਇਹ ਵਧੀਆ ਚੀਜ਼ਾਂ ਵੀ ਲੱਗੀਆਂ। ਇਹਦੇ ਵਿੱਚ ਕਾਫੀ ਸੇਵਾਵਾਂ ਵੀ ਅਸੀਂ ਦਿੱਤੀਆਂ, ਠੀਕ ਹੈ। ਅਤੇ ਕਾਲਾ ਸਾਹਿਬ ਨੇ ਦੱਸਿਆ ਕਿ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਸਾਹਿਬ ਦੀ ਸੋਚ ਤੇ ਕਿ ਦਿੱਲੀ ਦੇ ਵਿੱਚ ਜੋ ਜੋ ਅਸੀਂ ਕੰਮ ਕੀਤੇ, ਦਿੱਲੀ ਦੇ ਵਿੱਚ ਦੇਖੋ ਨਵੀਆਂ ਜਿਹੜੀ ਐਜੂਕੇਸ਼ਨ ਬਿਲਕੁਲ ਫਰੀ ਹੋ ਗਈ, ਮੈਡੀਕਲ ਬਿਲਕੁਲ ਫਰੀ ਹੋ ਗਿਆ, ਬਾਕੀ ਜਿਹੜੀਆਂ ਸੇਵਾਵਾਂ ਹੋਰ ਵੀ ਜਿਹੜੀ ਸਰਕਾਰੀ ਸਹੂਲਤਾਂ ਨੇ ਉਹ ਸਾਰੀਆਂ ਡੋਰ ਟੂ ਡੋਰ ਕਰ ਦਿੱਤੀਆਂ। ਇਹ ਚੀਜ਼ਾਂ ਅਗਰ ਉੱਥੇ ਹੋ ਸਕਦੀਆਂ ਤਾਂ ਪੰਜਾਬ ਦੇ ਵਿੱਚ ਵੀ ਹੋ ਸਕਦੀਆਂ, ਕਿਉਂਕਿ ਪ੍ਰੋਬਲਮ ਇਹ ਹੈ ਕਿ ਇੱਥੇ ਕਰਨਾ ਕੋਈ ਨਹੀਂ ਚਾਹੁੰਦਾ, ਹਰ ਬੰਦਾ ਪ੍ਰਧਾਨ ਹੈ, ਹਰ ਬੰਦਾ ਆਪਣੇ ਆਪ ਦੇ ਵਿੱਚ ਕਿ ਮੈਂ ਮਿਨਿਸਟਰ, ਮੈਂ MLA ਜਾਂ ਮੇਰੀ ਆਪਦੀ ਪਾਵਰ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਇੱਥੇ ਆ ਕੇ ਆਉਂਦੀ ਹੈ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਨੇ ਤਾਂ ਬਦਲਣਾ ਹੈ, ਠੀਕ ਹੈ। ਕਿਉਂ ਨਾ ਆਪਾਂ ਰਲ ਕੇ ਸਾਰੇ ਇੱਕਜੁੱਟ ਹੋ ਕੇ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ, ਤਾਂ ਹੀ ਪੰਜਾਬ ਦੇ ਵਿੱਚ ਕੁਛ ਹਾਲਾਤ ਬਦਲਣਗੇ, ਕੁਛ ਸੋਚ ਬਦਲੇਗੀ, ਤਾਂ ਹੀ ਕੋਈ ਨਵੀਂ ਤਬਦੀਲੀ ਆਏਗੀ। ਅਸੀਂ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਲੋਕਾਂ ਦੇ ਨਾਲ ਵਿਚਰ ਰਹੇ ਹੋ, ਲੋਕ ਤੁਹਾਨੂੰ ਪਿਆਰ ਕਰ ਰਹੇ ਨੇ, ਕੋਈ ਵੀ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਚਾਹੀਦੀ ਹੈਗੀ ਆ, ਜਿਹਦੇ ਕਿ ਤੁਸੀਂ ਖੁਦ ਮਾਰ ਹੈਗੇ ਆ ਉਹ ਲੋਕਾਂ ਨਾਲ ਅਟੈਚ ਹੋ ਜਾਂਦੇ ਹੋ, ਉਹਦੇ ਨਾਲ ਨਾਲ ਕੋਈ ਵੀ ਸਰਕਾਰੀ ਦਰਬਾਰੇ ਕੰਮ ਹੁੰਦਾ, ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਆਪਸ ਦੇ ਵਿੱਚ ਲੜਾਈ ਝਗੜੇ ਹੁੰਦੇ ਆ, ਕੋਈ ਤਲਾਕ ਦੇ ਕੇਸ ਹੁੰਦੇ ਆ, ਤੁਸੀਂ ਲੋਕਾਂ ਦੇ ਨਾਲ ਜਾ ਕੇ ਜਿਹੜਾ ਹੈਗਾ ਸੇਵਾਵਾਂ ਕਰ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਅਗਰ ਪਾਰਟੀ ਨੇ ਤੁਹਾਡੇ 'ਤੇ ਹੌਸਲਾ ਕੀਤਾ, ਤੁਹਾਨੂੰ ਫਿਰੋਜ਼ਪੁਰ ਦਿਹਾਤੀ ਤੋਂ ਇਹ ਸੇਵਾ ਦਿੱਤੀ, ਤਾਂ ਮੁੜ ਕੇ ਵੀ ਆਸ਼ੂ ਹੋ ਜਾਏ ਰਹੋਗੇ, ਤੁਸੀਂ ਲੀਡਰ ਬਣ ਜਾਓਗੇ, ਮਤਲਬ ਤੁਸੀਂ ਵੀ ਲੀਡਰਾਂ ਵਾਲਾ ਕੰਮ ਅਪਣਾ ਲਓਗੇ? ਨਹੀਂ, ਬਿਲਕੁਲ ਨਹੀਂ, ਇਸ ਤਰ੍ਹਾਂ ਦੀ ਕੋਈ ਐਸੀ ਗੱਲ ਨਹੀਂ ਹੈ। ਪਾਰਟੀ ਨੇ ਜੋ ਵੀ ਸੇਵਾਵਾਂ ਲਾਈਆਂ ਨੇ ਉਹ ਬੜੀ ਅਸੀਂ ਇਮਾਨਦਾਰੀ ਨਾਲ ਔਰ ਬਹੁਤ ਹੀ ਦਿਲ ਨਾਲ, ਲਗਨ ਨਾਲ ਕੀਤੀਆਂ। ਔਰ ਬਾਕੀ ਦੀ ਹਲਕੇ ਦੀ ਗੱਲ, ਮੈਂ ਚਾਹੇ ਮੋਗੇ ਹੋਵਾਂ, ਚਾਹੇ ਫਿਰੋਜ਼ਪੁਰ 'ਚ ਹੋਵਾਂ ਜਾਂ ਕਿਤੇ ਵੀ ਹੋਵਾਂ, ਮੇਰੇ ਦਿਲ 'ਚ ਹਮੇਸ਼ਾ ਪਹਿਲ ਇਹੀ ਰਹੀ ਹੈ ਕਿ ਮਰੀਜ਼ ਹੀ ਮੇਰੇ ਲਈ ਰੱਬ ਹੈ। ਜੇ ਮੈਂ ਉਹ ਨਾਲ ਚੱਜ ਨਾਲ ਗੱਲ ਨਾ ਕਰਾਂਗਾ ਜਾਂ ਉਹਨੂੰ ਚੱਜ ਨਾਲ ਟ੍ਰੀਟਮੈਂਟ ਨਹੀਂ ਦੇਵਾਂਗੇ, ਕਿਉਂਕਿ ਇੱਥੇ ਹਰ ਬੰਦੇ ਨੇ ਪਰੇਸ਼ਾਨ ਨਹੀਂ ਹੋਣਾ, ਖੁਸ਼ ਕਿਸੇ ਨੇ ਵੀ ਨਹੀਂ ਹੋਣਾ, ਹਰ ਬੰਦੇ ਫਰਸਟ੍ਰੇਟ ਨਹੀਂ ਹੋਣਾ, ਉਹ ਤੁਹਾਨੂੰ ਉਸ ਤਰੀਕੇ ਨਾਲ ਟ੍ਰੀਟ ਕਰੇਗਾ, ਕਿਉਂਕਿ ਜਿੱਦਾਂ ਦੇ ਅੱਜ ਕੱਲ੍ਹ ਨਾ ਕਿਸੇ ਕੋਲ ਪੈਸੇ ਹੈ, ਗਰੀਬੀ ਇੰਨੀ ਇੱਕ ਬੁਰਾ ਹਾਲ ਹੈ, ਮਤਲਬ ਹਰ ਇੱਕ, ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਇਹਨਾਂ ਸਿਚੁਏਸ਼ਨ ਦੇ ਵਿੱਚ ਕਿਸੇ ਨਾਲ ਤੁਸੀਂ ਉੱਚੀ ਬਾਤ 'ਚ ਨਹੀਂ ਗੱਲ ਕਰ ਸਕਦੇ। ਤਾਂ ਮੈਂ ਪਹਿਲਾਂ ਵੀ ਇਵੇਂ ਹੀ ਹਾਂ ਅਤੇ ਮੈਂ ਬਾਅਦ ਵਿੱਚ ਵੀ ਇਵੇਂ ਰਹਾਂਗਾ, ਮੇਰਾ ਫੋਨ 24% ਚੱਲਦਾ, ਕੋਈ ਮੈਂਬਰ ਮੈਨੂੰ ਇਹ ਗੱਲ ਨਹੀਂ ਕਹਿ ਸਕਦਾ ਵੀ ਮੇਰਾ ਫੋਨ 'ਤੇ ਗੱਲ ਨਹੀਂ ਕਰਦੇ ਜਾਂ ਕਿਸੇ ਤਰੀਕੇ ਦਾ, ਮੈਨੂੰ ਕਿਸੇ ਟਾਈਮ ਵੀ ਕਿਸੇ ਵੀ ਕਾਲ ਆ ਜਾਏ, ਮੈਂ ਹਮੇਸ਼ਾ ਉਸ ਚੀਜ਼ ਨੂੰ ਅੱਗੇ ਵੱਧ ਚੜ੍ਹ ਕੇ ਆਪਣੇ ਵੱਲੋਂ ਪੂਰਾ ਹੌਸਲਾ ਅਫਜ਼ਾਈ ਕੀਤੀ ਹੈ। ਵੀਰ ਜੀ, ਐਜ਼ ਏ NGO ਵੀ ਤੁਸੀਂ ਸੇਵਾ ਕਰ ਰਹੇ ਹੋ ਔਰ ਲੋਕਾਂ ਨੂੰ ਜੋ ਵੀ ਸਕੀਮਾਂ ਆਉਂਦੀਆਂ ਨੇ, ਹੁਣ ਵੀ ਗੌਰਮੈਂਟ ਦੀਆਂ ਸਕੀਮਾਂ ਲੋਕਾਂ ਨੂੰ ਨਹੀਂ ਪਤਾ ਹੁੰਦਾ, ਤੁਸੀਂ ਉਹ ਵੀ ਅਟੈਚ ਕਰ ਦਿੰਦੇ ਹੋ, ਦੱਸ ਦਿੰਦੇ ਹੋ ਉਹਨਾਂ ਨੂੰ ਜੇ ਉਹਨਾਂ ਦਾ ਸਮਾਰਟ ਕਾਰਡ ਬਣਨਾ ਹੈਗਾ ਜਾਂ ਉਹਨਾਂ ਦਾ ਭਾਈ ਕਨਈਆ ਸਕੀਮ ਦੇ ਵਿੱਚ ਉਹ ਲਾਗੂ ਹੋ ਸਕਦਾ। ਤੁਸੀਂ ਬਹੁਤ ਉਸ ਹਲਕੇ ਦੇ ਵਿੱਚ ਇਸ ਤਰੀਕੇ ਦੀਆਂ ਸੇਵਾਵਾਂ ਕਰ ਰਹੇ ਹੋ, ਲੋਕਾਂ ਨੂੰ ਅਵੇਅਰ ਕਰ ਲਓ ਮੈਡੀਕਲ ਸੇਵਾਵਾਂ ਦੇ ਲਈ ਔਰ ਗਾਈਡ ਕਰ ਦਿਓ। ਕੋਈ ਵੀ ਕਿਸੇ ਨੂੰ ਕੋਈ ਐਮਰਜੈਂਸੀ ਆਉਂਦੀ ਹੈ, ਕਿਸੇ ਨੂੰ ਹਾਰਟ ਦੀ ਆਉਂਦੀ, ਕਿਸੇ ਨੂੰ ਕਿਸੇ ਹੋਰ ਪ੍ਰੋਬਲਮ ਆਉਂਦੀ ਆ ਉਸ ਏਰੀਏ 'ਚ, ਤੁਸੀਂ ਉਹਨਾਂ ਨੂੰ ਵੀ ਗਾਈਡ ਕਰ ਦਿਓ ਵੀ ਨਹੀਂ ਭਾਈ ਇੱਦਾਂ ਕਰਕੇ ਤੁਸੀਂ ਕਰ ਲਓ ਔਰ ਉਹਨਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾ ਦਿੰਦੇ ਹੋ। ਬਿਲਕੁਲ ਅਜੀ, ਔਰ ਮੈਨੂੰ ਇਹ ਤੁਹਾਡੀ ਬਹੁਤ ਅੱਛੀ ਗੱਲ ਲੱਗੀ, ਇਹ ਬਹੁਤ ਅੱਛਾ ਟੋਪਿਕ ਹੈ ਔਰ ਇਹ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ, ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਜੋ ਸੇਵਾਵਾਂ ਆਪਾਂ ਨੂੰ ਆ ਰਹੀਆਂ ਨੇ। ਅੱਜ ਕੱਲ੍ਹ ਲੋਕਾਂ ਨੂੰ ਜਿਹੜੇ ਗਰੀਬ ਲੋਕ ਹੈ ਆਪਣੇ ਹਸਪਤਾਲਾਂ ਤੱਕ ਪਹੁੰਚ ਨਹੀਂ ਕਰ ਸਕਦੇ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਅੱਜ ਕੱਲ੍ਹ 5 ਲੱਖ ਵਾਲਾ ਆਯੁਸ਼ਮਾਨ ਦੀ ਸਕੀਮ ਸਿਹਤ ਬੀਮਾ ਯੋਜਨਾ ਚੱਲਦੀ ਪਈ ਹੈ ਜਾਂ ਪਾਈਕਨੀਆ ਸਕੀਮ ਹੈ ਜਾਂ ਇਸ ਤੋਂ ਇਲਾਵਾ ਹੋਰ ਕਾਫੀ ਸਕੀਮਾਂ ਚੱਲ ਰਹੀਆਂ ਨੇ, ਪਰ ਇਹ ਸਕੀਮਾਂ ਦੇ ਵਿੱਚ ਤੁਸੀਂ ਕਾਫੀ ਮਹਿੰਗੇ ਜਿਵੇਂ ਦਿਲ ਦਾ ਅਟੈਕ ਆ ਜਾਏ ਜਾਂ ਹੋਰ ਇਸ ਤੋਂ ਮਹਿੰਗੀਆਂ ਸਰਜਰੀਆਂ ਦੀ ਕੋਈ
ठीक है। अगर किसी को भी लगता है कि बंदा गरीब है इलाज नहीं करवा सकता, वो मेरे तक पहुँच करे, असं उन्होंने कार्ड वगैरह बना के ट्रीटमेंट कर सकते हैं। आशू जी, अजक फॉरमैलिटियां लोगों को बहुत औखिया होंगे फॉरमैलिटियां, कि तुम फिर उस भी थोड़ी उन्होंने हेल्प कर देंगे, उन्होंने कागजा पत्र बारे सारा दस देंगे, जिद कि परेशानी नहीं आती, क्योंकि उन्होंने बेचारे कागजा का काम बड़ा औखा लगता, क्योंकि डिपार्टमेंट्स जिदा आपको पता इस सरकार जो भी अजकल अपना सैलर है इस प्रेंट सैन सीन के लोगों को बड़ा औखा थाने बारे गेड़े क्ढने कोर्टा जाना, क्योंकि जे ये जड़िया चीज़ा वो भी फिर तुम एन जी ओ कोई डिवेलप हैगी जी लोगों की सेवा कर देंगे। बिल्कुल है जी, साढ़े को मोगा मेडिसिटी हॉस्पिटल इतने भी और बहर भी काफ़ी टीम थ्रू काम किया जा रहा है, और इतने कोई भी पेशेंट आ जाता है उन्होंने किसी भी तरीके का खर्चा नहीं किया जाता, ईवन कि कोई चीज़ की लोड़ भी है बहरों मंगवा की असी आप अपने बंदे नूं भेज के मंगवाने कि किसी नूं कोई भी किसी तरीके की तकलीफ ना हो, चाहे कोई सरकारी काम है या किसी फार्म भरने हैं, इतने साढ़े को काफ़ी वड्डी टीम है जिसके थ्रू असी सारा काम अपने आप ही करवा लेंगे। आशू जी, कोरोना एपीडेमिक लोगों को राशन भी बहुत ज़्यादा उस एरिए देहाती लोगों के नाल अटैच किया, और समाज सेवी संस्था के नाल मिलकर भी जोड़ा है राशन दिया सेवावान होर जो सेवावान है लोगों को दिखाई वो बारे की कहना चाहो। देखो साड़ा फर्ज है जी, क्योंकि मुढ़ली सेवा मत यही है, जिस तरह लोगों को कुछ हार्ट मेडिसिन चलदियाँ ने उस टाइम असी इस लाइन के आके ये चीज़ नहीं सोच सकते कि हूँ असं घर बैठ जाइए, उस टाइम तो जीण मरण का प्रण सीगा कि जेडे लोगों मेडिसिन अगर नहीं पहुँचेगी असी अपनी एंबूलेंस डोर टू डोर भेज के जिथे भी जिसे घर है कोई मोटरसाइकिल से या किसी भी तरीके जो सुविधा मिलती हैं या जेडे पेशेंट जिते उन्होंने मेडिसिन प्रोवाइड करवाई, उस अलावा होर जो मरीज घरे है अपनी एंबूलेंस भेज के या किसी तरीके किसी भी हॉस्पिटल का भी कोई भी काम हो किसी भी ना नहीं किया। पूरे लॉकडाउन के एक मैं नहीं कहता बाकी हॉस्पिटल बहुत मेहनत की सब कर रहे हैं, लेकिन साढ़ा एक दिन भी हॉस्पिटल बंद नहीं रहा, और असी पूरे स्टाफ ने और पूरी टीम ने मेडिसिटी ने बहुत मेहनत करके इस किसी भी मरीज़ को ये नहीं खांसी है जुकाम आ भी उन्हें इग्नोर करता जाए, बिल्कुल भी नहीं, प्रॉपर तरीके का ट्रीट किया कि ताकि इंसानियत को जिंदा रखा जाए। आशू जी, जिस तरीके अपने मन सोचा एजुकेशन का कि जिस तरीके दिल्ली के केजरीवाल साहब ने अपने सेवा रखिया हुई ने और लोगों को सरकारी स्कूल वधिया लगते हैं, अपने इधर पंजाब दे विच ये है कि लोगों के मन हों सरकारी स्कूल की है यार इदा इदा माइंड हों, लेकिन जो तुम सोचा नो डाउट कि पंजाब सरकार ने भी स्मार्ट स्कूलों की जी सेवा करवा चुकी है, स्मार्ट स्कूल ही बना चुकी है, लेकिन तुम तो अगे जो कदम सोचे हुए है जिस तरीके दिल्ली की सरकार ने सोचे वो बारे की कहना चाहोगे। देखो दिल्ली की सरकार ने तो जो किया सबन पता है, पंजाब दे विच मैं जो हल्का फिरोजपुर देहाती की गल करा और बॉर्डर एरिए हालात बहुत ही ज़्यादा खराब ने, इस गल मैं एक परसेंट भी नहीं झिझकता चाहे किसी को इस गल का गुस्सा लग जाए, मैं किसी के कोई तानाशाही नहीं कर रहा, पर उत्थे ना रुजगार है, गरीबी इन्नी ज़्यादा है और बीमारी का तो कोई हिसाब ही नहीं, क्योंकि रुजगार है ही नहीं, लोग परेशान ही इन्ने बीमारियों ना जूझ रहे हैं, पैसा किसी को भी है नहीं, सो दैट ये चीज़ों से तब्दीली सरकार जितना मर्जी पैसा दे दें पर जब तक डिवेलपमेंट नहीं आएगी कोई रुजगार उत्थे कोई अच्छी कंपनियां या अच्छे कोई बिल्डर जब ऐसा चीज़ा नहीं आनगियाँ जिद रुजगार निकल के बाहर आएगा तइयों तरक्की होएगी। आशू जी, किसानों का मुद्दा जोड़ा है बहुत ज़्यादा भख्या हुआ है और बड़ी प्रॉब्लम के वो अन्नदाते जिन्होंने एक एक जोड़ा है दाना कणक का झोने का जोड़ा है चौलों का लोगों इंडिया का बहुत व्डा हिस्सा जोड़ा है वो पंजाब के खेतीबाड़ी के कारण खा रहा है, की कहना चाहोगे कि अज पंजाब के किसान जिस तरीके सड़कों पर बड़ी प्रॉब्लम वाली गल हुई हुई है और तुसी भी बहुत पहले दिन तो ही चले हुए हो और कई हाँ तुसी विच धरने दे जाके आप भी बोले हो, की कहना चाहो। देखो ये तो जो मसला बहुत ही ज़्यादा गंभीर है, क्योंकि जी दुनिया नू रोटी देने वाला अन्नदाता आज वो खुद रोड के उत्ते है और साडा सब का यही फर्ज बनता है, ये कोई एहसान नहीं है, ये साड़ी आप दी एक घर की गल है और साडा फर्ज बनता कि असी इस चीज़ में जुड़ के किसानों के हक जो तीन काले कानून गवर्नमेंट ने पास कर दिए है इन्हों किसी ना किसी तरीके तराया जाए ताकि अगर किसानी नहीं रहेगी तो बाकी सारी चीज़ें तो वैसे ही खत्म हो जाएगी है, क्योंकि सबको पता है कि इन तिना बिलों के पास होने कि वड्डा नुकसान हो सकता, किनिया होर आने वाली मुश्किल जिन्होंने अपन सामना करना पड़ेगा, बस किसी ना किसी तरीके इस बिल में पास होने तो हूँ दिल्ली के देखो किसान ने इतों तक सब कुछ कर लिया पर जो नहीं सुनवाई की दिल्ली पहुँच की, ये तो हम मोदी साहब को यह देखना पेगा
ਇਹ ਹੱਲ ਕਰਨਾ ਪੈਣਾ ਕਿਉਂਕਿ ਇਹ ਪੰਜਾਬੀ ਹੈ, ਇਹ ਪੰਜਾਬੀ ਇੱਕ ਵਾਰ ਜਿਹੜੀ ਚੀਜ਼ ਸੋਚ ਲੈਂਦੇ ਆ ਇਹ ਪਿੱਛੇ ਨਹੀਂ ਹਟਦੇ, ਇਹ ਤਾਂ ਜੀਣ ਮਨ ਤੈਅ ਕਰ ਲੈਂਦੇ ਆ ਵੀ ਇੱਕ ਵਾਰ ਜੀਣ ਮਨ ਤੈਅ ਹੋ ਗਿਆ ਅਸੀਂ ਇੱਕ ਵਾਰੀ ਜੇ ਸੋਚ ਲਿਆ ਵੀ ਜਿੱਧਰੋਂ ਪੈਰ ਪਾ ਲਿਆ ਤਾਂ ਪਿੱਛੇ ਨਹੀਂ ਹਟਦੇ, ਮਰਨਾ ਪਸੰਦ ਕਰਦੇ ਪਰ ਪਿੱਛੇ ਹਟਣਾ ਪਸੰਦ ਨਹੀਂ ਕਰਦੇ। ਇਸ ਕਰਕੇ ਇਹ ਮੋਦੀ ਸਾਹਿਬ ਨੂੰ ਵਿਚਾਰ ਕਰਨਾ ਪੈ ਗਿਆ ਇਸ ਚੀਜ਼ ਉੱਤੇ, ਪੰਜਾਬ ਦੇ ਲੋਕਾਂ ਨਾਲ ਮੱਥਾ ਨਾ ਲਾਓ ਕਿਉਂਕਿ ਇਹ ਪਹਿਲੇ ਬਹੁਤ ਅੱਕੇ ਹੋਏ ਆ, ਇਹਨਾਂ ਨੇ ਪਹਿਲੇ ਬਹੁਤ ਘਰ ਪਰਿਵਾਰ ਪੱਟੇ ਨੇ ਆਪਣੇ, ਪਹਿਲੇ ਹੀ ਆਪਣੇ ਘਰ ਦੇ ਵਿੱਚੋਂ ਹਾਲਾਤ ਇੰਨੇ ਖਰਾਬ ਨੇ ਕਿ ਪਹਿਲੇ ਬਹੁਤ ਦੁਖੀ ਨੇ, ਇਹਨਾਂ ਨੂੰ ਹੋਰ ਦੁਖੀ ਨਾ ਕਰੋ, ਠੀਕ ਹੈ। ਉਹ ਦਿੱਲੀ ਪਹੁੰਚ ਚੁੱਕੇ ਆ, ਤੁਸੀਂ ਕਿਸੇ ਨਾ ਕਿਸੇ ਇਸ ਚੀਜ਼ ਨੂੰ ਹੱਲ ਕਰਕੇ ਇਹਨਾਂ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਕੇ ਪੰਜਾਬ ਨੂੰ ਖੁਸ਼ਹਾਲ ਵਾਲੇ ਪਾਸੇ ਲਿਆਓ, ਨਾ ਕਿ ਮਰਨ ਵਾਲੇ ਪਾਸੇ ਲੈ ਕੇ ਜਾਓ। ਆਸ਼ੂ ਜੀ, ਜਿਸ ਤਰੀਕੇ ਨਾਲ ਤੁਸੀਂ ਪ੍ਰਭਾਵਿਤ ਹੋ ਕੇ ਦੇਖ ਕੇ, ਕਿਉਂਕਿ ਤੁਸੀਂ ਪਹਿਲਾਂ ਸਮਾਜ ਸੇਵਾ ਕਰਦੇ ਸੀਗੇ, ਲੋਕਾਂ ਦੀਆਂ ਹੈਲਪਸ ਕਰਦੇ ਸੀਗੇ, ਮੈਡੀਕਲ ਸਹੂਲਤਾਂ ਦੀ ਗੱਲ ਕਰ ਲਈਏ, ਹੋਰ ਗੱਲ ਕਰ ਲਈਏ, ਜਿੱਦਾਂ ਤੁਸੀਂ ਆਪਣੇ ਆਪ ਨੂੰ ਅਟੈਚ ਕੀਤਾ ਆਪ ਨਾਲ, ਕੀ ਸੋਚਦੇ ਹੋ ਆਉਣ ਵਾਲੇ ਸਮੇਂ 'ਚ? ਜਿਵੇਂ ਤੁਸੀਂ ਵਲੰਟੀਅਰ ਬਣਾ ਰਹੇ ਹੋ, ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਜੋੜ ਰਹੇ ਹੋ, ਬੜੇ ਪੜ੍ਹੇ ਲਿਖੇ ਬੰਦੇ ਤੁਹਾਡੇ ਨਾਲ, ਹੋਰ ਵੱਡੀ ਜਿਹੜੀ ਹੈਗੀ ਟੀਮ ਤੁਹਾਡੇ ਨਾਲ ਆ ਰਹੀ ਹੈਗੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਟੀਮ ਜੁੜ ਰਹੀ ਹੈ ਕਿਉਂਕਿ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਤੌਰ 'ਤੇ ਮੇਰੀ ਆਪਦੀ ਨਿੱਜੀ ਸੋਚ ਹੈ ਵੀ ਜਿਹੜੀ ਸੋਚ ਹੈ ਜਦੋਂ ਅਸੀਂ ਇਹਨੂੰ ਬਦਲਦੇ ਹਾਂ, ਜੇ ਸੋਚ ਬਦਲਾਂਗੇ ਤਾਂ ਬਿਲਕੁਲ ਹਾਲਾਤ ਬਦਲਣਗੇ, ਜੇ ਹਾਲਾਤ ਬਦਲਣਗੇ ਤਾਂ ਤੁਹਾਡੇ ਘਰ ਦੀ ਸਿਚੁਏਸ਼ਨ ਆਪਣੇ ਆਪ ਹੀ ਬਦਲ ਜਾਏ, ਫਿਰ ਤੁਸੀਂ ਉਸ ਚੀਜ਼ ਨੂੰ ਪਿੰਡ ਨਾ ਲੈ ਲਓ ਕਿ ਜੇ ਸੋਚ ਬਦਲਾਂਗੇ ਹਾਲਾਤ ਬਦਲਣਗੇ, ਜੇ ਹਾਲਾਤ ਬਦਲਾਂਗੇ ਤਾਂ ਪਿੰਡ ਬਦਲੇਗਾ, ਅਤੇ ਜੇ ਪਿੰਡ ਬਦਲੇਗਾ ਤਾਂ ਸ਼ਹਿਰ ਬਦਲੇਗਾ, ਅਤੇ ਜੇ ਸ਼ਹਿਰ ਬਦਲੇਗਾ ਤਾਂ ਪੰਜਾਬ ਆਪਣੇ ਆਪ ਬਦਲ ਜਾਏਗਾ। ਜੇ ਦਿੱਲੀ ਵਿੱਚ ਪਾਰਕਾਂ ਹੋ ਸਕਦੀਆਂ ਨੇ ਤਾਂ ਪਿੰਡਾਂ ਵਿੱਚ ਕਿਉਂ ਨਹੀਂ, ਉਹ ਕੋਈ ਜੰਗਲੀ ਤਾਂ ਨਹੀਂ। ਇਸ ਕਰਕੇ ਸਿਰਫ ਗੱਲ ਸੋਚ ਦੀ ਹੈ, ਇਸ ਵਾਰ ਆਪਾਂ ਸੋਚ ਦੀ ਲੜਾਈ ਲੜਨੀ ਹੈ, ਔਰ ਸਭ ਨੂੰ ਪਤਾ ਲੱਗ ਚੁੱਕਿਆ ਹੈ ਜੋ ਗਲਤੀਆਂ ਪਹਿਲਾਂ 2017 'ਚ ਪਾਰਟੀ ਵੱਲੋਂ ਜਾਂ ਥੋੜ੍ਹੇ ਬਹੁਤੇ ਆਪਸੀ ਕੁਛ ਵੀ ਰੰਜਿਸ਼ਾਂ ਵਜੋਂ ਹੋ ਚੁੱਕੇ ਆ, ਉਹ ਇਸ ਵਾਰ ਨਹੀਂ ਦੁਹਰਾਈਆਂ ਜਾਣਗੀਆਂ। ਪਾਰਟੀ ਨੇ ਬਹੁਤ ਅੱਛਾ ਪਿਛਲੀ ਵਾਰੀ ਵਿਚਾਰ ਕੀਤਾ, ਔਰ ਐਤਕੀ ਬਹੁਤ ਅੱਛਾ ਢਾਂਚਾ ਬਣਾ ਕੇ ਅੱਛੇ ਤਰੀਕੇ ਨਾਲ ਲੜਾਈ ਲੜੀ ਜਾਏਗੀ, ਔਰ ਐਤਕੀ ਸਭ ਨੂੰ ਪਤਾ ਹੈ ਕਿ ਕੌਣ ਕਿਸ ਤਰੀਕੇ ਨਾਲ ਚੱਲ ਰਿਹਾ, ਔਰ ਲੋਕ ਇਸ ਵਾਰ ਧੋਖਾ ਨਹੀਂ ਖਾਣਗੇ, ਇਸ ਵਾਰ ਆਪਦੀ ਸਰਕਾਰ ਬਣੇਗੀ, ਠੀਕ ਹੈ, ਔਰ ਪੰਜਾਬ ਦੇ ਵਿੱਚ ਖੁਸ਼ਹਾਲੀ ਦੀ ਲਹਿਰ ਬਣੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਜੋ ਜੋ ਕੇਜਰੀਵਾਲ ਸਾਹਿਬ ਨੇ ਕੰਮ ਪੰਜਾਬ ਉਹ ਦਿੱਲੀ ਵਿੱਚ ਕੀਤੇ ਨੇ, ਉਹ ਸਾਰੇ ਕੰਮ ਅਸੀਂ ਪੰਜਾਬ ਵਿੱਚ ਵੀ ਕਰਾਂਗੇ। ਐਜੂਕੇਸ਼ਨ ਨੂੰ ਫ੍ਰੀ ਕਰਾਂਗੇ, ਮੈਡੀਕਲ ਸਹੂਲਤਾਂ ਸਿਹਤ ਸਹੂਲਤਾਂ ਹੋਰ, ਕਿਉਂਕਿ ਡਿਵੈਲਪ ਹੋਣਗੀਆਂ, ਕੁਛ ਰੁਜ਼ਗਾਰ ਵਧਣਗੇ, ਤਾਂ ਹੀ ਪੰਜਾਬ ਦੀ ਖੁਸ਼ਹਾਲੀ ਉੱਪਰ ਆਏਗੀ। ਆਸ਼ੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਨੂੰ ਸਮਾਂ ਦਿੱਤਾ, ਔਰ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨਾਲ ਉਹ ਉੱਭਰਦੇ ਨੌਜਵਾਨ ਜਿਹੜੇ ਹਿੰਮਤ ਕਰਦੇ ਆ, ਹੌਸਲਾ ਕਰਦੇ ਆ, ਕਿਉਂਕਿ ਤੁਸੀਂ ਇਸ ਡੇਢ ਸਥਿਤੀ 'ਚ ਵਧੀਆ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਅਸਟੈਬਲਿਸ਼ ਹੋ, ਲੇਕਿਨ ਉਹਦੇ ਬਾਵਜੂਦ ਵੀ ਤੁਸੀਂ ਆਪਣੇ ਸੇਵਾਵਾਂ ਲੋਕਾਂ ਦੇ ਲਈ, ਉਹਨਾਂ ਗਰੀਬ ਲੋਕਾਂ ਦੇ ਲਈ, ਔਰ ਜਿਸ ਤਰੀਕੇ ਨਾਲ ਤੁਸੀਂ ਆਯੁਸ਼ਮਾਨ ਦੀ ਗੱਲ ਕੀਤੀ ਹੈ, ਭਾਈ ਕਨੇਆ ਸਕੀਮਸ ਦੀ ਗੱਲ ਕੀਤੀ ਹੈ, ਔਰ ਹੋਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਲੋਕ ਹਿੱਤ ਦੇ ਲਈ, ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ।